ਮਾਰਨਿੰਗਸ ਲਾਈਟ ਪਿਆਰੇ ਬੱਚਿਓ ਅੱਜ ਮਿਤੀ 6 April 2023 ਦਿਨ ਵੀਰਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਥਰਸਡੇ ਕਹਿੰਦੇ ਹਾਂ T H U R S D A Y ਥਰਸਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਪਹਿਲਾਂ ਤੋਲੋ ਫਿਰ ਬੋਲੋ ਪਿਆਰੇ ਬੱਚਿਓ ਸਾਨੂੰ ਹਮੇਸ਼ਾ ਸੋਚ ਸਮਝ ਕੇ ਹੀ ਗੱਲ ਕਰਨੀ ਚਾਹੀਦੀ ਹੈ ਬੱਚਿਓ ਜੇਕਰ ਅਸੀਂ ਸੋਚ ਸਮਝ ਕੇ ਗੱਲ ਕਰਾਂਗੇ ਤਾਂ ਸਾਡੀ ਕਈ ਹੋਈ ਗੱਲ ਦਾ ਕੋਈ ਵੀ ਗੋਸਾ ਨਹੀਂ ਕਰੇਗਾ ਅਤੇ ਨਾ ਹੀ ਸਾਡੇ ਕਹੇ ਗਏ ਬੋਲਾਂ ਜਾਂ ਸ਼ਬਦਾਂ ਨਾਲ ਕਿਸੇ ਨੂੰ ਹਰਟ ਹੋਏਗਾ ਬੱਚਿਓ ਜਦੋਂ ਵੀ ਅਸੀਂ ਕਦੇ ਸੋਚ ਸਮਝ ਕੇ ਬੋਲਦੇ ਹਾਂ ਤਾਂ ਸਾਡੇ ਕੋ ਕਦੇ ਵੀ ਗਲਤੀ ਨਹੀਂ ਹੁੰਦੀ ਅਤੇ ਸਾਡੇ ਨਾਲ ਕੋਈ ਵੀ ਖਫਾ ਨਹੀਂ ਹੁੰਦਾ ਸੋ ਬੱਚਿਓ ਕਦੇ ਵੀ ਬਿਨਾ ਸੋਚੇ ਸਮਝੇ ਨਾ ਬੋਲੋ ਬੱਚਿਓ ਜੇਕਰ ਅਸੀਂ ਸੋਚ ਸਮਝ ਕੇ ਨਹੀਂ ਬੋਲਦੇ ਹਾਂ ਤਾਂ ਸਾਡੇ ਕਹੇ ਹੋਏ ਬੋਲਾਂ ਸ਼ਬਦਾਂ ਦੇ ਨਾਲ ਦੂਸਰੇ ਨੂੰ ਹਾਰਟ ਹੋਵੇਗਾ ਅਤੇ ਇਸ ਦੇ ਨਾਲ ਸਾਡੇ ਰਿਸ਼ਤੇ ਵਿੱਚ ਦੂਰੀ ਆ ਜਾਂਦੀ ਹੈ ਸੋ ਹਮੇਸ਼ਾ ਹਰ ਇੱਕ ਕੰਮ ਹਰ ਇੱਕ ਸੋਚ ਹਰ ਇੱਕ ਬੋਲ ਸੋਚ ਕੇ ਪਲਾਨ ਕਰਕੇ ਹੀ ਕਰਨਾ ਚਾਹੀਦਾ ਹੈ ਆਓ ਕਰਦੇ ਹਾਂ ਗਿਆਨ ਵਿਗਿਆਨ ਵਿਸ਼ਵ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਪਹਿਲੇ ਬੱਚਿਓ ਵਿਸ਼ਵ ਦਾ ਸਭ ਤੋਂ ਵੱਡਾ ਮਹਾਦੀਪ ਏਸ਼ੀਆ ਮਹਾਦੀਪ ਹੈ ਭਾਰਤੀ ਕਰੰਸੀ ਤੇ ਕਿਹੜੇ ਬੈਂਕ ਦਾ ਨਾਮ ਲਿਖਿਆ ਹੁੰਦਾ ਹੈ ਬੱਚਿਓ ਭਾਰਤੀ ਕਰੰਸੀ ਤੇ ਭਾਰਤੀ ਰਿజర్ਵ ਬੈਂਕ ਦਾ ਨਾਮ ਲਿਖਿਆ ਹੁੰਦਾ ਹੈ ਕਿਸ ਸਥਾਨ ਨੂੰ ਬਿਸ਼ਪਦੀ ਛੱਤ ਕਿਹਾ ਜਾਂਦਾ ਹੈ ਬੱਚਿਓ ਤਿੱਬਤ ਨੂੰ ਬਿਸ਼ਪਦੀ ਛੱਤ ਕਿਹਾ ਜਾਂਦਾ ਹੈ ਕਿਹੜੇ ਮਹਾਰਾਜਾ ਨੂੰ ਪਾਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੱਚਿਓ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਾਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਜ਼ਾਦ ਕਿਸ ਦੇਸ਼ ਭਗਤ ਨੂੰ ਕਿਹਾ ਜਾਂਦਾ ਹੈ ਚੰਦਰ ਸ਼ੇਖਰ ਆਜ਼ਾਦ ਨੂੰ ਆਜ਼ਾਦ ਦੇਸ਼ ਭਗਤ ਕਿਹਾ ਜਾਂਦਾ ਹੈ ਆਓ ਬੁਝੀਏ ਜਾਂ ਅੱਜ ਦੀ ਬੁਜਾਰਤ ਹਰੀ ਭਰੀ ਮੇਰੀ ਝੌਂਪੜੀ ਮੈਂ ਚਿੱਟੀ ਦੁੱਧ ਭਰੀ ਮੈਨੂੰ ਕਟ-ਕਟ ਕਰੀਆਂ ਬੋਟੀਆਂ ਫਿਰ ਸਬਜ਼ੀ ਅਗਤਰੀ ਪਿਆਰੇ ਬੱਚਿਓ ਜੋ ਅੱਜ ਦੀ ਬੁਜਾਰਤ ਹੈ ਉਸ ਦਾ ਉੱਤਰ ਹੈ ਗੋਬੀ ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ ਫਰਸਟ ਵਰਡ ਇਜ਼ سپورਟ S U D O P O R T سپورਟ سپورਟ ਮੀਨ ਸਹਾਰਾ ਦੇਣਾ سپورਜ਼ S U D O P S E سپورਜ਼ سپورਜ਼ ਬੱਚੇ ਹੁੰਦਾ ਆ ਕਿਸੇ ਚੀਜ਼ ਨੂੰ ਮੰਨ ਕੇ ਚੱਲਣਾ ਕਲਿਪਰ C L I D O P E R ਕਲਿਪਰ ਕਲਿਪਰ ਬੱਚੇ ਆਪਾਂ ਨੇਲ ਕਟਰ ਨੂੰ ਕਹਿੰਦੇ ਹਾਂ ਸਲੀਪਰ S L I P P E R ਸਲੀਪਰ ਬੱਚਿਓ ਸਲੀਪਰ ਆਪਾਂ ਚੱਪਲ ਨੂੰ ਕਹਿੰਦੇ ਹਾਂ ਡ੍ਰੋਪਰ D R O P P E R ਡ੍ਰੋਪਰ ਡ੍ਰੋਪਰ ਬੱਚਿਓ ਆਪਾਂ ਡ੍ਰੋਪਰ ਨੂੰ ਕਹਿੰਦੇ ਹਾਂ ਜਾਂ ਇੱਕ ਪਲਾਸਟਿਕ ਦੀ ਟਿਊਬ ਹੁੰਦੀ ਹੈ ਇਹਦੇ ਵਿੱਚੋਂ ਅੱਜ ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਅੱਜ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ ਥੈਂਕ ਯੂ ਬੇਟਾ ਜੀ